ਹਾਂਜੀ ਸਾਰਿਆਂ ਨੂੰ ਰਾਮ ਰਾਮ ਜੀ, ਸਵਾਗਤ ਆ ਤੁਹਾਡਾ ਸਾਡੇ ਨਵੇਂ ਵਲੌਗ 'ਚ। ਬਹੁਤ ਟਾਈਮ ਬਾਅਦ ਵਲੌਗ ਬਣਾਉਣ ਲੱਗੇ ਅੱਜ, ਗਰਮੀ ਕਰਕੇ ਅਤੇ ਥੋੜ੍ਹਾ ਬਿਜ਼ੀ ਵੀ ਸੀਗੇ। ਹੁਣ ਸਾਡੇ ਆ ਕਿ ਟਾਈਮ ਥੋੜ੍ਹਾ ਹੀ ਹੁੰਦਾ ਆ, ਸਾਰੇ ਕੰਮ ਕਰਦੇ ਆ, ਮੈਂ ਵੀ ਕੰਮ ਕਰਦਾ ਹਾਂ, ਨੰਨਾ ਭਰਾ ਵੀ ਇਕੱਲਾ ਆ, ਇਹ ਵੀ ਘਰ ਬਾਰ ਦਾ ਸਾਰਾ ਦੇਖਦਾ, ਇਸ ਕਰਕੇ ਵੀ ਸਾਡੇ ਕੋਲ ਇਕੱਠੇ ਘੱਟ ਹੋ ਜਾਂਦਾ। ਚਲੋ ਠੰਡ ਠੁੰਡ ਦਾ ਹੋਵੇ ਤਾਂ ਸੀਨ ਫਿਰ ਚੱਲਦਾ ਰਹਿੰਦਾ ਲਗਾਤਾਰ, ਗਰਮੀ ਵਿੱਚ ਤੁਹਾਨੂੰ ਪਤਾ ਸਾਰਿਆਂ ਨੂੰ ਮੌਕੇ ਵੀ ਘੱਟੇ ਹੁੰਦੇ ਆ ਵਲੌਗ ਵਲੂ ਬਣਾਉਣ ਦੇ। ਅਤੇ ਫਿਰ ਅੱਜ ਦਿਲ ਕੀਤਾ ਵਲੌਗ ਬਣਾਉਣ ਦਾ, ਕੱਲ੍ਹ ਨੂੰ ਹੈਗਾ ਆਪਣੇ ਗੁੱਗੇ ਯਾਰ ਪੀਰ ਦੇ ਪ੍ਰੋਗਰਾਮ ਮੱਲੇ 'ਚ, ਅਤੇ ਤੁਹਾਨੂੰ ਉਸ ਸਿਲਸਿਲੇ ਵਿੱਚ ਵਲੌਗ ਬਣਾ ਕੇ ਦਿਖਾਵਾਂਗੇ। ਸਾਥ ਬਣਾਈ ਰੱਖੋ ਅਤੇ ਦਿਖਾਉਂਦੇ ਤੁਹਾਨੂੰ ਅੱਗੇ ਹੋਰ ਵੀ। ਹੁਣ ਚੱਲੇ ਆਪਾਂ ਪਹਿਲਾਂ ਦੀਪੂ ਭਰਾ ਵਾਲੀ ਜੂਸ ਲੈਣ। ਦੀਪੂ ਭਰਾ ਆਪਣਾ ਬਿਮਾਰ ਆ, ਉਹਦੇ ਸੈਲ ਸੂਲ ਘੱਟ ਗਏ ਆ ਥੋੜ੍ਹੇ ਜਿਹੇ, ਡੇਂਗੂ ਜਿਹਾ ਹੋਣ ਹਲਕਾ ਜਿਹਾ, ਬਾਕੀ ਓਕੇ ਆ। ਚਲੋ ਮਿਲਦੇ ਤੁਹਾਨੂੰ। ਲਓ ਵੀ ਮਿੱਤਰੋ, ਆਪਾਂ ਦੀਪੂ ਭਰਾ ਨੂੰ ਜੂਸ ਪਿਲਾਤਾ, ਨਾਲੇ ਦੋ ਗਲਾਸ ਰੈਸਪੀਆਂ ਅਤੇ ਮੈਂ ਤਾਂ ਨਾਨੇ ਨੇ ਛੋਟਾ ਬਲਦੇਵ ਲੈ ਪਾਗਲ ਹੋ ਗਿਆ, ਸਮਾਨ ਸੁੱਟੀ ਜਾਂਦਾ ਨੰਨੇ ਕੁੱਤਾ ਗੰਦਾ ਆ। ਕਰ ਕਰ ਇਹਨੂੰ ਅੰਦਰ ਕਰ ਫਟਾਫਟ, ਇਹ ਸਾਰਾ ਲੋਕਾਂ ਨੂੰ ਪਾਈ ਜਾਂਦਾ। ਹਾਏ ਭਾਜੀ ਖੀਰ ਕੋਠੇ ਲਾ ਕੇ ਤਰਾਤਾ ਛਪਾਉਂਦੇ ਹੋਏ ਭਾਈ, ਠੰਡ ਕਿੰਨੀ ਕਾ, ਪੱਖਾ ਲਾਈਏ ਤੁਹਾਨੂੰ ਨੰਨਾ ਨੀ ਪੂਰੇ ਫੋਨ ਤੁਹਾਨੂੰ ਬਰਾਟਾ ਲਿਆ ਦਿੰਦੇ ਆ। ਆਹ ਭਾਈ ਪਤਾ ਨਹੀਂ ਕਿਹੜਾ ਆ ਗਿਆ, ਇੱਕ ਬੜੇ ਗੁੱਸੇ ਜਿਹਾ ਭਾਈ। ਨੌਜਵਾਨ ਆਪਣੇ ਕੋਠੇ ਖੀਰ ਲਾਉਂਦੇ ਹੋਏ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਅਸੀਂ ਵੀ ਕਦੀ ਕਦੀ ਲਾਉਂਦੇ ਹੁੰਦੇ, ਆਹ ਵੀ 100 ਗ੍ਰਾਮ ਵਿੱਚ ਖੀਰ ਪਾਈ ਆ ਸਾਲੇ, ਜੋਰ ਤੁਹਾਡਾ ਬੁਰਾ ਲੱਗ ਗਿਆ, ਬੜੇ ਬਦਤਮੀਜ਼ ਕਿੱਥੇ ਭੂੰਡ ਜਿਹਾ ਪੈ ਗਿਆ, ਨਹੀਂ ਭੂੰਡ ਨਹੀਂ ਗਾ, ਸੌਗੀ ਸੂਗੀ ਹੋਣੀ ਆ। ਨੰਨਾ ਭਰਾ ਆਪਣਾ ਪਤੀਲਾ ਚੱਕਦੇ ਹੋਏ, ਉਹ ਕਿੱਡਾ ਵੱਡਾ ਪਤੀਲਾ, 5-7 ਕੁਇੰਟਲ ਖੀਰ ਰੱਖ ਲੈਣਾ, ਚੱਕ ਲਈ ਆ। ਲਓ ਜੀ ਇੱਧਰ ਕਾਲੇ ਕੂਲੇ ਜਿਹੇ ਤਿਆਰ ਹੋ ਕੇ ਆ ਗਏ ਆ, ਨਾ ਯਾਰ ਲੜੋ ਨਾ, ਆਹ ਦੇ ਲਓ ਵੱਡਾ ਗੱਬਾ, ਨਾ ਕਰੋ ਯਾਰ। ਖੀਰ ਲਾ ਲਈਏ ਥੱਲੇ, ਮੁਗਲ ਨੀ ਪਤੀਲਾ ਸਾਫ਼ ਕਰਦੇ ਪਏ, ਦਿਲਬਾਗ ਭਾਈ ਆਪਣੇ ਪੱਖਾਂ ਸਾਫ਼ ਕਰਦੇ। ਨੀਤੇ ਪਾਲੀ ਕੱਲ ਮਿਲ ਜਾਣੀ ਹੈ, ਕੱਲ ਪਤਾ ਨਹੀਂ ਕੱਲ ਠੀਕ 8-9 ਘੰਟੇ ਬਾਅਦ ਕੱਲ ਆ ਜਾਣੀ ਹੈ, ਆਪਣੇ ਕੀ ਖਾਣ ਨੂੰ ਖਾਣ ਮਿਲ ਜਾਣੀ ਹੈ। ਹਾਂ ਖਾਣ ਨੂੰ ਕੱਲ ਨੂੰ ਫਿਰ ਮੰਗਾ ਗਈ ਹੋਵੇ। ਕੀ ਦਈਏ ਤੈਨੂੰ, ਚੂੜੇ ਦਈਏ ਤੈਨੂੰ, ਇਹਨੂੰ ਕੋਠੀ ਲੈ ਕੇ ਨਾ ਥੋੜੇ ਧੱਕਾ ਮਾਰਦੇ ਬੋੜੀਆਂ 'ਚ, ਲੱਤ ਮਾਰ ਉੱਡਦੇ ਬੇਟਾ, ਮੂੰਹ ਕੀ ਹੁੰਦਾ, ਪੜੇ ਲੈ ਜਾਣੀ ਤੂੰ ਬਤਮੀਜ਼। ਲਓ ਵੀ ਆਪਣਾ ਹੁਣ ਕੰਮ ਸਾਰਾ ਡਨ ਆ, ਮੁੰਡੇ ਲੱਗੇ ਹੋਏ ਅੰਦਰ ਖੀਰ ਠੰਡੀ ਕਰਨ, ਆਪਾਂ ਚੱਲਦੇ ਹੁਣ ਆਪਣੇ ਆਪਣੇ ਘਰ ਨੂੰ, ਸਵੇਰੇ ਜਲਦੀ ਉੱਠਣਾ ਆ। ਚੰਗਾ ਨਾਨੇ, ਚੰਗਾ ਜਸ਼ਨ, ਤੁਸੀਂ ਘਰੇ ਹੀ ਆਪਣੇ, ਚੱਲਦੇ ਘਰ ਨੂੰ, ਸਵੇਰ ਨੂੰ ਮਿਲਦੇ ਤੁਹਾਨੂੰ। ਕਿਹਾ ਸੀ ਭਾਈ ਨੇ ਗੁੱਡ ਮਾਰਨਿੰਗ ਸਾਰਿਆਂ ਨੂੰ, ਕੱਲ੍ਹ ਦਾ ਵਲੌਗ ਆਪਾਂ ਕੰਟੀਨਿਊ ਕਰਨ ਲੱਗੇ ਹਾਂ। ਅੱਜ ਆਪਣੇ ਜੀ ਗੁੱਗੇ ਯਾਰ ਪੀਰ ਅਤੇ ਹਵਨ, ਹਵਨ ਦੀ ਤਿਆਰੀ ਹੁੰਦੀ ਪਈ ਆ। ਜੈ ਸ਼੍ਰੀ ਰਾਮ, ਤੂੰ ਵੀ ਤਾਂ ਫਟਿਆ ਹੀ ਹੈ, ਸਾਰਾ ਰੇਤਾ ਹੀ ਖਿਲਾਫ ਲਿਆ। ਹਵਨ ਕੋਣ ਚ ਪਾਓ, ਚੱਲ ਚੱਲ ਪਾ ਲਈ ਸਾਰਾ, ਹਵਨ ਕਰਨਾ ਕੋਠੀ ਬਣੀ ਹਵਨ ਕੋਣ ਚ, ਤੂੰ ਸਾਰੇ ਪਾ ਦੇ ਯਾਰ, ਕੱਢ ਦੂ ਭਾਈ ਆ ਬਾਈ, ਕਰੋ ਕਰੋ ਚੈੱਕ, ਕਰੋ ਮਾਈਕ ਚੈੱਕ ਕਰੋ, ਹਾਂਜੀ ਆਵਾਜ਼ ਸਹੀ ਆ। ਹੈਲੋ ਮਾਈਕ ਟੈਸਟਿੰਗ, ਹੈਲੋ ਡੀਜੇ ਪੰਗਾ, ਡੀਜੇ ਐਵੇਂ ਤਾਂ ਥੋੜੀ, ਹੈਲੋ ਡੀਜੇ ਪੰਗਾ, ਡੀ ਪੰਗਾ ਹਾਂਜੀ, ਨੀਰਜ ਜੀ ਹਾਂਜੀ, ਨੀਰਜ ਜੀ ਕਿਸੇ ਹੋ, ਹੈਲੋ ਬਾਬਾ ਕਿਸ ਬਲੌਗ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਕਰੋ, ਸ਼ੇਅਰ ਕਰੋ, 1000 ਸਬਸਕ੍ਰਾਈਬਰ ਜਲਦੀ ਤੋਂ ਜਲਦੀ ਕਰ ਦਿੱਤੇ ਜਾਣ, ਥੋੜੀ ਕੀ ਰਹਿ ਗਏ ਆ। ਹੈਲੋ ਹਾਂਜੀ ਦੁਆਬਾ ਕਿਡਸ ਵਲੌਗ,
ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਥੈਂਕ ਯੂ। ਨੰਨਾ ਦਾ ਨੰਨੇ ਦਾ ਬ੍ਰੇਕਫਾਸਟ ਆ ਗਿਆ, ਸਾਰਾ ਕੁਛ ਨੰਨੇ ਨੇ ਖਾਣਾ, ਸਾਡੇ ਨੇ 35 ਰੋਟੀਆਂ, ਚਾਹ ਅੱਜ ਚਾਹ ਤਾਂ ਪੀ ਲੈਣਾ ਸੀ, ਉੱਥੇ ਡਿਸਕਸ਼ਨ ਚੱਲਦੀ ਪਈ ਆ, ਜੇ ਕਿਸੇ ਨੇ ਖਾਣਾ ਤਾਂ ਆ ਜਾਓ। ਲੰਗਰ ਸਾਲਾ ਉੱਪਰ ਹਲਵਾਈਆਂ ਰਹੀਆਂ ਸਰ, ਰਾਸ਼ਨ ਉਹਨਾਂ ਨੇ ਖਾਇਆ ਉੱਪਰ, ਚੱਲਦੀ ਪਈ ਲੰਗਰ ਦੀ ਦੇਰ, ਮਤਲਬ ਕੜਾਹ ਬਣਦਾ, ਇੱਧਰ ਕੜੀ ਬਣਦੀ ਪਈ ਜੀ, ਇੱਧਰ ਕੜੀ ਅੱਧੀ ਕੁ ਬਣ ਗਈ ਆ, ਉੱਧਰ ਕੀ ਉਹ ਵਾਹ, ਉੱਧਰ ਛੋਲੇ, ਉੱਧਰ ਮਿਰਚਾਂ ਪਈਆਂ, ਇੱਧਰ ਪ੍ਰਸ਼ਾਦੇ ਬਣਦੇ, ਲੱਸੀ ਆ ਗਈ, ਲੱਸੀ ਦੀਪੂ ਇੱਕ ਗਲਾਸ ਭਾਈ ਨੂੰ ਦਿਆ, ਬਾਕੀ ਆਪਾਂ ਪੀਂਦੇ ਹਾਂ, ਇਹ ਕਿੱਥੋਂ ਠੱਗੀ, ਕੋਈ ਭਾਵੇਂ ਲੱਸੀ ਲੈ ਗਿਆ, ਉਹ ਖੀਰ ਪਾ ਦਿੰਦਾ ਰਿਹਾ, ਲੱਸੀ ਬਣੀ ਆਪਾਂ ਥੋੜ੍ਹੀ ਜ਼ਿਆਦਾ ਬਣਾ ਲੈਣੀ ਯਾਰ, ਲੱਸੀ ਨਹੀਂ ਹੈ ਰਿਹਾ ਤੇਰਾ ਹੁਣ, ਓਏ ਕਿਆ ਹੋ ਗਿਆ ਤੈਨੂੰ, ਨੰਨਾ ਰੋਟੀ ਖਾਂਦਾ ਤਾਂ ਕਰਕੇ, ਲੱਸੀ ਬਣੀ ਕਿ ਖੀਰ ਖਾਣੀ ਰੋਟੀ ਨਾਲ, ਲੱਸੀ ਚਲੋ ਲੱਸੀ ਆ ਜਾਂਦੀ ਹੈ, ਫਿਰ ਲੱਸੀ ਪਿਲਾਉਂਦੇ ਹਾਂ, ਲੱਸੀ ਪੀ ਲੈ ਬਰੋ, ਲੱਸੀ ਲੱਸੀ ਲਿਆਓ, ਸਾਨੂੰ ਵੀ ਲਿਆਓ ਪੀਆ ਬਰੋ, ਲੱਸੀ ਪੀਤੀ ਹੈ ਬਰੋ, ਨਾਨਾ ਕੇ ਮੰਮੀ ਲੱਸੀ ਪੀਤੀ ਹੈ ਬਰੋ, ਮਾਜੀ ਲੱਸੀ ਬਰੋ, ਲੱਸੀ ਕੁਛ ਖਾਧੇ ਉਹਨਾਂ ਵੀ, ਪਹਿਲੀ ਵਾਰ ਖਾਧੀ, ਪਹਿਲੀ ਵਾਰ ਖਾਧੀ, ਕਿੱਦਾਂ ਲੱਗੀ ਫਿਰ, ਵਧੀਆ ਵਧੀਆ, ਦੋ ਤਿੰਨ ਕਿਲੋ ਖੀਰ ਖਾ ਜਾ ਫਿਰ ਅੱਜ, ਆਪਣੀ ਸੇਵਾ ਲੱਗ ਗਈ ਜੀ, ਹੁਣ ਸਾਰੇ ਗਲੀ ਵਾਲੇ ਖੀਰ ਵੰਡਣ 'ਤੇ, ਖੀਰ ਵੰਡਾਂਗੇ ਆਪਾਂ, ਜਿਹੜੇ ਜਿਹੜੇ ਆਈ ਜਾਓ ਆਪਾਂ ਉਹਨੂੰ ਖੀਰ ਦੇ ਜਾਣੀ, ਹਵਨ ਸਮਾਪਤ ਹੋ ਗਿਆ ਭੋਲੇ ਸ਼ੰਕਰ ਦੀ ਕਿਰਪਾ ਨਾਲ, ਹੁਣ ਲੱਗਣਾ ਲੰਗਰ, ਕੜੀ ਚੌਲ ਦਾ ਨਾਲ ਚਨੇ ਆ, ਮਕੈਨਿਕ ਆ ਕੁਛ ਵੀ ਕਰ ਸਕਦਾ, ਉਹ ਜੀ ਚੌਲ ਬਣ ਕੇ ਤਿਆਰ ਆ, ਅਰੇ ਜਿਹੜੇ ਛੋਲਿਆਂ ਤੜਕਾ, ਲਓ ਜੀ ਕੜੀ ਵੀ ਬਣ ਗਈ ਹੈ, ਲੈ ਵੀ ਦਿਲਬਾਗ ਜੀ ਲੱਗ ਗਿਆ ਸੀਗਾ ਜੀ, ਇਹ ਮਕੈਨਿਕ ਬਹੁਤ ਤਕੜਾ ਸਾਡੇ ਮੁਹੱਲੇ ਦਾ, ਕਾਰੀਗਰ ਸਾਹਿਬ ਆਏ ਪੂਰੇ, ਲੈ ਬਾਕੂ ਬਰਾਲੇ ਗੱਲਬਾਤ ਬਣਾ ਦਿੱਤੀ ਪੂਰੀ, ਹੱਟ ਪੱਖਾ ਦਿਲਾ ਤਾ, ਲਓ ਬਈ ਲੰਗਰ ਦਾ ਸਮਾਨ ਤਿਆਰ ਆ, ਚਾਵਲ ਬਣ ਕੇ ਆ ਗਏ ਆ, ਚਾਵਲ ਹੁਣ ਆਪਾਂ ਕੱਢਣਾ ਪਤੀਲੇ 'ਚੋਂ ਪਰਾਤ 'ਚ, ਬਾਕੀ ਅੱਗੇ ਦਾ ਕਾਰਿਆਕ੍ਰਮ ਤੁਹਾਨੂੰ ਦਿਖਾਉਂਦੇ ਹਾਂ ਹੌਲੀ ਹੌਲੀ, ਹੁਣ ਕੜੀ ਲਾਹਣੀ ਆ, ਕੜੀ ਲਾ ਕੇ ਵਿੱਚ ਚਣੇ ਬਣਦੇ, ਚਣੇ ਤਾਰਨੇ ਬਹੁਤ ਔਖਾ, ਚਲੋ ਸ਼ਾਬਾਸ਼ ਦੀਪੂ ਗਾਬਾ ਕਾਸ਼ ਗਾਬਾ, ਕੱਢ ਦਿਓ ਚੌਲ ਸਾਰੇ ਹੀ, ਪੂਰੀ ਪਰਾਤ ਭਰਨੀ ਚਾਹੀਦੀ ਆ, ਕਿੰਨੇ ਕੁ ਰਹਿ ਗਏ, ਥੋੜ੍ਹੇ ਜਿਹੇ ਰਹਿ ਗਏ, ਚਲੋ ਚਲੋ ਸੇਵਾ ਕੱਢਦੇ ਕੱਢਦੇ ਹੱਟ ਲੱਗ ਗਈ, ਲਓ ਜੀ ਅੱਪਲ ਵਾਲੀ ਬੈਂਡਡ, ਹੁਣ ਕੰਮ ਸੈੱਟ ਆ, ਹੁਣ ਕਰਦੇ ਆਪਾਂ ਹੋਰ ਸੇਵਾ, ਘੱਟ ਥੋੜ੍ਹਾ ਤੇਰੇ ਕੋਈ ਐਡਾ ਚੱਕਰ ਨਹੀਂ, ਹੋ ਜਾਣੀ ਆ, ਹੁਣ ਆਪਾਂ ਕਰਦੇ ਹਾਂ ਸੇਵਾ, ਲਓ ਵੀ ਮਿੱਤਰੋ ਥੋੜ੍ਹੀ ਜਿਹੀ ਤੱਕ ਆਉਣ ਲੱਗਾ, ਹੁਣ ਲੰਗਰ ਸ਼ੁਰੂ, ਕੜੀ ਚੌਲ ਅਤੇ ਚਨੇ ਨਾਲ ਕੜਾਹ ਨਾਲ ਪ੍ਰਸ਼ਾਦੇ ਵੀ ਆ, ਪਹਿਲਾਂ ਆਪਾਂ ਲੰਗਰ ਦੀ ਸੇਵਾ ਕਰਕੇ ਥੋੜ੍ਹੀ ਜਿਹੀ ਭੁੱਖ ਲੱਗੀ ਅੱਗੇ ਆਪਾਂ ਨੂੰ ਵੀ, ਅਤੇ ਫਿਰ ਆਪਾਂ ਵੀ ਥੋੜ੍ਹਾ ਜਿਹਾ ਲੰਗਰ ਖਾਵਾਂਗੇ, ਇਹਦੇ ਵਾਰ ਸੇਵਾ ਕਰਾਂਗੇ, ਹੋਰ ਅੱਗੇ ਬਹੁਤ ਕੁਛ ਹੈ, ਲੰਗਾ ਦਾ ਭੋਗ ਲੱਗਾ ਲੱਗਣੀ, ਉਸ ਤੋਂ ਬਾਅਦ ਫਿਰ ਲੰਗਰ ਕਰ ਦੇਣਾ ਸ਼ੁਰੂ ਆਪਾਂ,
ਲਓ ਜੀ ਖੀਰ ਜਿਹੜੀ ਬਚ ਗਈ ਆ ਆਪਾਂ ਹੁਣ ਦੇਣ ਚੱਲੇ ਹਾਂ ਲੋੜਵੰਦਾਂ ਨੂੰ ਠੀਕ ਹੈ ਜੀ ਆਹ ਵੀ ਲੋੜਵੰਦ ਤੁਹਾਡੇ ਘਰੇ ਬਾਲਟੀ ਰੱਖ ਜੀ ਇੱਕ ਇੱਕ ਬਾਲਟੀ ਤੇਰੇ ਘਰੇ ਰੱਖ ਜਾਂਦੇ ਹਾਂ ਆਪਾਂ ਚੱਲੇ ਹਾਂ ਸਟੇਸ਼ਨ ਜਲਦੀ ਨਾਲ ਦੇ ਖੀਰ ਓਏ ਆ ਕੇ ਤੇਰੀ ਯਾਰ ਰੱਖਦਾ ਕਦੇ ਲਓ ਜੀ ਮਿੱਤਰ ਆਪਾਂ ਚੱਲੇ ਹੁਣ ਖੀਰ ਦੇਣ ਲੋੜਵੰਦਾਂ ਨੂੰ ਆਪਾਂ ਠੀਕ ਆ ਚੰਗਾ ਹੀ ਰਸ਼ ਪੈ ਗਿਆ ਭਾਜੀ ਕੋਲ ਖੀਰ ਦੀ ਸਮਗਲਿੰਗ ਨਹੀਂ ਕੜੀ ਸਮਗਲਿੰਗ ਹੋਣ ਡਈ ਆ ਇਹ ਤੇ ਚੱਲੇ ਨੇ ਹਾਂਜੀ ਅੰਦਰ ਸੁੱਟਣੀ ਆ ਖਾਣ ਲੱਗੇ ਲੰਗਰ ਗੱਟੂ ਨੀ ਲੰਗਰ ਖਾਣ ਡਏ ਆ ਛੋਟੇ ਛੋਟੇ ਦੁਕਾਨੇ ਟੱਪ ਖਾਲੀ ਕਰਦੇ ਚੱਲ 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 ਲੈ ਜਾ ਲੈ ਜਾ ਮਿੱਤਰੋ ਲੰਗਰ ਹੁਣ ਆਪਣਾ ਸਮਾਪਤੀ ਆ ਆ ਗੈਂਗ ਆਪਣੀ ਬੈਠੀ ਆ ਛੋਲੇ ਛੋਲੇ ਖਾ ਕੇ ਭਾਂਡੇ ਧੋ ਗਿਆ ਵਾ ਲਾ ਤੇ ਸਾਈਡ ਤੇ ਹੁਣ ਤਿਆਰੀ ਹੈ ਦਰਿਆ ਤੇ ਜਾਣ ਦੀ ਚੜਾਇਆ ਮੱਥਾ ਗੱਡੀਆਂ ਬੈਕ ਨਹੀਂ ਬਣੀਆਂ ਮਿੱਕੀ ਬਾਈ ਬੈਕ ਕਰਾ ਹਾਂਜੀ ਦੀਪੂ ਭਰਾ ਆਪਣਾ ਆ ਗਿਆ ਦੀਪੂ ਸਿਹਤ ਕਿੱਦਾਂ ਹੁੰਦਾ ਨੀ ਠੀਕ ਹੈ ਹਾਂਜੀ ਪੱਤੇ ਆ ਮਗਰ ਦੇਖੀ ਦੀਪੂ ਨੇ ਬਾਲ ਪਤਾ ਕਿੱਧਰ ਕਿਤੇ ਉਹਨੇ ਕਾਲੀ ਐਕਟਿਵਾ ਦਾ ਪਪੂੜੇ ਬਿਆਨ ਕਰ ਚਲਾਓ ਕਰਾ ਕੁੱਕੇ ਯਾਰ ਪੀਰ ਦਾ ਓ ਸੱਚੇ ਦਰਬਾਰ ਕੀ ਜੈ ਚੰਗਾ ਰੇਤ ਰੂਤ ਆ ਗਿਆ ਬੰਦੇ ਦੇਖੋ ਕਿੱਥੇ ਬੈਠੇ ਕਿੱਥੇ ਬੈਠੇ ਭਾਈ ਕਹਿੰਦੇ ਸ਼ਾਟ ਲੈ ਲਓ ਦੰਦੇ ਵਾਲੀ ਡਿਮਾਂਡ ਤੇ ਇੱਕ ਸ਼ਾਟ ਹੋਰ ਤੇ ਕਰ ਆ ਗੁੱਗਾ ਯਾਰ ਪੀਤਾ ਬਹੁਤ ਸਾਚੇ ਦਰਬਾਰ ਕੀ ਜੈ ਪਾ ਦਿਓ ਟਰੱਕ ਆ ਜਾਓ ਚਲੋ ਹੱਥ ਪਾ ਲਓ ਨਾ ਸੈਂਟਰ ਜੂ ਧਿਆਨ ਨਾਲ ਨੇ ਗਾਰ ਆ ਭਾਈ ਰਹਿਣ ਦੋ ਤੁਸੀਂ ਹੋ ਜਾਓ ਚੇਂਜ ਆਈ ਰੱਖਦੇ ਆ ਚੱਲ ਤੇ ਮੁਰੇ ਆ ਜਾ ਤੂੰ ਆ ਜਾ ਗੁੱਡ ਕਮਰ ਇੱਧਰ ਇੱਧਰ ਲਈ ਵਾਲੇ ਦੀ ਚਪੇ ਰਾਨੀ ਫੋਟੋ ਖਿੱਚ ਕੇ ਵਾਓ ਰੋਕੀ ਚਾਚਾ ਰੋਕੀ ਹੈਂਡਸਮ ਗੋਆ ਘੁਮਾ ਆਇਆ ਤੁਹਾਨੂੰ ਘੁਮਾ ਦਈਏ ਗੋਆ ਗੋਆ ਹੀ ਆ ਉਹ ਬੰਦੇ ਦੇ ਕਿੱਥੇ ਬੈਠੇ ਉਹਨਾਂ ਕਹਿੰਦਾ ਪਾਣੀ ਉਹਨਾਂ ਕਹਿੰਦਾ ਬੰਦੇ ਨੰਗਲ ਤੋਂ ਪਾਣੀ ਛੱਡਣ ਲੱਗੇ ਬਾਹਰ ਨਿਕਲ ਜਾਓ ਬਾਗਲੂ ਦੇ ਆਤਾਰ ਦੇਣਾ ਜਿਹੜੇ ਤਾਂ ਫਾਲਤੂ ਬੰਦੇ ਆ ਸਾਰੇ ਦਰਿਆ ਤਾਰ ਮੈਂ ਵੀ ਤੁਹਾਨੂੰ ਵਿੱਚ ਚਲਾ ਦੋ ਮਾੜਾ ਜਿਹਾ
ਨਮਹ ਪਾਰਵਤੀ ਪਤੇ ਹਰ ਹਰ ਮਹਾਦੇ ਕਲਾ ਤੁਕਾ ਯਾਰ ਵੀਰ ਦਾ ਬੋਲ ਸਾਡੇ ਦਰਬਾਰ ਕੀ ਜੈ ਸਮਾਨ ਸਾਰਾ ਆਪਾਂ ਦਰਿਆ ਤਾਰਤਾ ਉਹ ਚੱਲਦੇ ਆਪਾਂ ਲੰਗਰ ਵੰਡਣ ਚਾਚੇ ਨੇ ਚਪੜਾ ਚੱਕ ਹੋਈ ਚਾਚਾ ਦਰਿਆ ਚ ਲੱਭਣ ਚੱਲਿਆ ਚਾਚਾ ਰਹਿਣ ਦੇ ਹੁਣ ਕਹਿੰਦੇ ਦਰਿਆ ਚ ਤਾਰਤੀਆਂ ਆ ਚਾਚਾ ਰਹਿਣ ਦੇ ਉਹ ਨੀ ਲੱਭਣੀਆਂ ਅਜੇ ਮੁੜਿਆ ਬੈਠੋ ਪੂੰਡੀ ਚ ਫੜੀਆਂ ਹੋਏ ਗੋਲੇ ਬੈਠੋ ਬੈਠੋ ਸਾਰੇ ਆ ਗਏ ਤੂੰ ਟੱਪ ਚ ਖੀਰ ਲੈ ਕੇ ਜਾਣੀ ਫਿਰ ਬਲੀ ਕਿਹਨੇ ਦੇਣੀ ਆ ਦੋ ਬੰਦੇ ਵੀ ਬਲੀ ਦੇਣੀ ਆ ਆਪਾਂ ਪਹੁੰਚ ਗਏ ਆਪਣੇ ਆਪਣੇ ਘਰੇ ਕਿੱਥੋਂ ਓਕੇ ਪ੍ਰੋਗਰਾਮ ਕਿੱਦਾਂ ਲੱਗਾ ਤੁਹਾਨੂੰ ਠੀਕ ਆ ਥੈਂਕ ਯੂ ਭਾਜੀ ਚਲੋ ਹੁਣ ਇਸੇ ਖੁਸ਼ੀ ਵਿੱਚ ਜਸ਼ਨ ਭਾਈ ਨੇ ਜਿੱਦਾਂ ਕਿਹਾ ਚੀਜ਼ਾਂ ਵਧੀਆ ਸੀਗੀਆਂ ਚੈਨਲ ਨੂੰ ਲਾਈਕ ਕਰ ਦਿਓ ਅਤੇ 1000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਥੋੜ੍ਹੇ ਕੁ ਰਹਿ ਗਏ ਅਤੇ ਜਿਹੜੇ ਵੀਰ ਭਰਾ ਦੇਖਦੇ ਆ ਉਹ ਵੀ ਪੂਰੇ ਕਰ ਦਿਓ ਅਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਵਲੌਗ ਦੇਖਣ ਲਈ ਜਲਦੀ ਆਪਾਂ ਤੁਹਾਨੂੰ ਹੁਣ ਨਵਾਂ ਵਲੌਗ ਦੇਵਾਂਗੇ ਥੈਂਕ ਯੂ ਜੀ ਪਾਰਵਤੀ ਪਤੇ ਹਰ ਹਰ ਮਹਾਦੇਵ ਚਲੋ ਜੀ